ਸਾਡਾ ਬੇਟਾ ਹਸਪਤਾਲ ਰਿਹਾ 7-8 ਦਿਨ ਐਡਮਿਟ ਉਹਦਾ ਬਿਲਕੁਲ ਸਹੀ ਨਾ ਇਲਾਜ ਹੋਣ ਕਰਕੇ ਉਹ ਵਿਚਾਰਾ ਪੂਰਾ ਹੋ ਗਿਆ ਉਸਦੇ ਬਾਅਦ ਡਾਕਟਰ ਨੇ ਇੱਕ ਇੰਟਰਵਿਊ ਦਿੱਤੀ ਜਿਹਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਬੜੇ ਸਟਾਈਲ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਸੀਂ ਉਹਦੇ ਉੱਤੇ ਇੱਕ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ ਕਿ ਜੋ ਕਹਿ ਰਿਹਾ ਉਸ ਤਰ੍ਹਾਂ ਨਹੀਂ ਹੈ ਸਾਰਾ ਕੁਝ ਨੂੰ ਲੁਕੋ ਕੇ ਤੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਨੌਜਵਾਨ ਇੰਡਸਟਰੀਲਿਸਟ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਇੱਕ ਹਸਪਤਾਲ ਦੇ ਜੋ ਇੱਕ ਉਹ ਜੇਰੇ ਇਲਾਜ ਉੱਥੇ ਇਲਾਜ ਚੱਲ ਰਿਹਾ ਸੀ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਤੇ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਵੀ ਲਗਾਏ ਇਲਾਜ ਦੇ ਪ੍ਰਤੀ ਤੇ ਅੱਜ ਫੇਰ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਸਾਡੇ ਨਾਲ ਅੰਗਦ ਦੇ ਡੈਡੀ ਤੇ ਉਹਨਾਂ ਦੇ ਜਿਹੜੇ ਫਾਦਰ ਇਲਾ ਉਹ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਦੇ ਆ ਹਸਪੀਟਲ ਤੇ ਅੱਜ ਫੇਰ ਡਾਕਟਰ ਤੋਂ ਕੁਝ ਸਵਾਲ ਉਹ ਪੁੱਛਣਾ ਚਾਹੁੰਦੇ ਨੇ ਕੀ ਸਵਾਲ ਨੇ ਕਿ ਜੇ ਮੈਂ ਮੈਂ ਤੇਜਵਿੰਦਰ ਸਿੰਘ ਅੰਗਰ ਸਿੰਘ ਦਾ ਪਤ ਕਿਸਮਤ ਬਾਪ ਕਹਿ ਸਕਦੇ ਹੋ ਤੁਸੀਂ ਤੇ ਸਾਡਾ ਬੇਟਾ ਉੱਥੇ ਦੀਪ ਹਸਪਤਲ ਰਿਹਾ 7-8 ਦਿਨ ਐਡਮਿਟ ਉਹਦਾ ਬਿਲਕੁਲ ਸਹੀ ਨਾ ਇਲਾਜ ਹੋਣ ਕਰਕੇ ਉਹ ਵਿਚਾਰਾ ਪੂਰਾ ਹੋ ਗਿਆ ਉਸਦੇ ਬਾਅਦ ਡਾਕਟਰ ਨੇ ਇੱਕ ਇੰਟਰਵਿਊ ਦਿੱਤੀ ਜਿਹਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਬੜੇ ਸਟਾਈਲ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅੱਜ ਉਹਦੇ ਉੱਤੇ ਇੱਕ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਕਿ ਜੋ ਕਹਿ ਰਿਹਾ ਉਸ ਤਰ੍ਹਾਂ ਨਹੀਂ ਹੈ ਸਾਰਾ ਕੁਝ ਨੂੰ ਲੁਕੋ ਕੇ ਤੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਮੈਂ ਸਿਰਫ ਆ ਜੋ ਉਹਨਾਂ ਦੇ ਜਿਹੜੇ ਗੁੰਮਰਾਹਕੀਤੇ ਸਵਾਲ ਆ ਉਹਨਾਂ ਦੀ ਸਪਸ਼ਟੀਕਰਨ ਦੇਣ ਲਈ ਇੱਥੇ ਆਇਆ ਨਹੀਂ ਤੇ ਅਸੀਂ ਚੁੱਪ ਕਰਕੇ ਬੈਠੇ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਡੇਂਗੂ ਦੀ ਬਹੁਤ ਜ਼ਿਆਦਾ ਰੇਸ਼ਿਓ ਹੈ ਇਹ ਬੜਾ ਖਤਰਨਾਕ ਹੈ ਇਹ ਭਾਵੇਂ ਜਾ ਕੇ ਗੂਗਲ ਤੇ ਦੇਖ ਲਓ ਜਿਹੜਾ ਮਰਜੀ ਮੈਂ ਲੋਕਾਂ ਨੂੰ ਕਹਾਂਗਾ ਗੂਗਲ ਤੇ ਜ਼ਰੂਰ ਦੇਖੋ ਮੈਂ ਵੀ ਉਹਦੇ ਬਾਅਦ ਦੇਖਿਆ ਵਰਲਡ ਮਾਸਕੀਟੋ ਪ੍ਰੋਗਰਾਮਿੰਗ ਹੈ ਜਿਹੜਾ ਸਾਰਾ ਗੂਗਲ ਨੂੰ ਕੰਟਰੋਲ ਕਰਦਾ ਉਹਦਾ ਡਾਟਾ ਇਹ 40 ਕਰੋੜ ਲੋਕਾਂ ਨੂੰ ਡੇਂਗੂ ਹੋਇਆ ਜਿਦੇ ਚੋ 25000 ਦੀ ਡੈਥ ਹੋਈ ਜਿਹਦੀ ਰੇਸ਼ੋ ਬਣਦੀ ਹੈ ਪੁਆਇੰਟ 006% ਇੰਡੀਆ ਦੇ ਵਿੱਚ ਰੇਸ਼ੋ ਹੈ ਪੁਆਇੰਟ 1% ਇਹ ਆ ਗਿਆ ਉਹਨਾਂ ਤੇ ਗੂਗਲ ਵਾਲੀ ਗੱਲ ਦਾ ਜਵਾਬ ਉਹ ਆਪ ਵੀ ਦੇਖ ਲੈਣ ਤੇ ਲੋਕ ਵੀ ਦੇਖ ਲੈਣ ਸੈਕਿੰਡ ਉਹਨਾਂ ਨੇ ਕਿਹਾ ਜੀ ਜਦੋਂ ਮੇਰੇ ਕੋਲ ਗਿਆ ਕ੍ਰਿਟੀਕਲ ਨਹੀਂ ਸੀਗਾ ਤੇ ਉੱਥੇ ਜਾ ਕੇ ਜਿਹੜੇ ਇਲਾਜ ਦਾ ਟੱਟ ਦੇ ਨੇ ਇਲਾਜ ਚੱਲਿਆ ਤੇ ਕ੍ਰਿਟੀਕਲ ਹੋ ਗਿਆ। ਅਸੀਂ ਜਿਵੇਂ ਹੀ ਇੱਥੋਂ ਗਏ ਆ ਡਾਕਟਰ ਸੰਦੀਪ ਪੁਰੀ ਡਾਕਟਰ ਦੇ ਫਰੈਂਡ ਵੀ ਨੇ। ਉਹਨਾਂ ਨੂੰ ਸਾਡੇ ਪਿੱਛੋਂ 25 ਬੰਦਿਆਂ ਦਾ ਫੋਨ ਆਇਆ। ਵੀ ਅੰਗਤ ਸਿੰਘ ਬਹੁਤ ਇੰਪੋਰਟੈਂਟ ਆਦਮੀ ਹੈ ਇਹਨੂੰ ਬਚਾਣਾ ਹੈ। ਉਹਦੇ ਵਿੱਚ ਹੀਰੋ ਸਾਈਕਲ ਦੇ ਮਾਲਕ ਵੀ, ਡੀ ਐਮ ਸੀ ਦੇ ਮਾਲਕ ਵੀ ਔਰ ਸਾਡੇ ਕਮਨ 15 ਕ ਫਰੈਂਡ ਸੀ ਸਾਰਿਆਂ ਨੇ ਫੋਨ ਕੀਤਾ। ਡਾਕਟਰ ਸੰਦੀਪ ਪੁਰੀ ਵਾਲੀ ਨੇ ਇੱਕੋ ਹੀ ਜਵਾਬ ਦਿੱਤਾ ਕਿ ਕ੍ਰਿਟੀਕਲ ਹਾਲਤ ਹੈ ਬਹੁਤ ਪਰ ਅਸੀਂ ਜ਼ੋਰ ਜ਼ਰੂਰ ਲਗਾਵਾਂਗੇ। ਇਹ 10% ਇਹਦੇ ਜਾਨ ਹੈਗੀ 90% ਕ੍ਰਿਟੀਕਲ ਹੈ ਤੇ ਅਸੀਂ ਧੋਨ ਲਾਵਾਂਗੇ ਇਹ ਹੁਣ ਕਈਆਂ ਨੇ ਰਿਕਾਰਡਿੰਗ ਲਈ ਹੁੰਦੀ ਹੈ ਹਮੇਸ਼ਾ ਤਿੰਨ ਚਾਰ ਬੰਦਿਆਂ ਕੋਲ ਅਜ ਵੀ ਰਿਕਾਰਡਿੰਗ ਹੈਗੀ ਆ ਉਹਦੀ ਔਰ ਇਹ ਇਸ ਚੀਜ਼ ਤੋਂ ਸੰਦੀਪ ਪੂਰੀ ਮੁਕਰਣਗੇ ਵੀ ਨਹੀਂ ਜੇ ਪੁੱਛਣਾ ਚਾਹੇ ਕੋਈ ਵੀ ਬੰਦਾ ਪੁੱਛ ਸਕਦਾ ਹੈ ਕ੍ਰਿਟੀਕਲ ਸੀ ਕਿ ਨਹੀਂ ਸੀ ਤੀਸਰੀ ਗੱਲ ਇਹ ਕਹਿੰਦੇ ਆ ਜੀ ਜਦੋਂ ਮੇਰੇ ਕੋਲ ਗਿਆ ਸੀ ਆਕਸੀਜਨ ਵੀ ਨਹੀਂ ਸੀ ਲੱਗੀ ਹੋਈ ਤੇ ਜਦੋਂ ਹਸਪਤਾਲ ਪਹੁੰਚਿਆ ਨੂੰ 24 ਘੰਟੇ ਆਕਸੀਜਨ ਲੱਗੀ ਸੀ ਜੇ ਆਕਸੀਜਨ ਲਗਾਏ ਬਿਨਾ ਤੋਂ ਐਮਬੂਲੈਂਸੇਜ਼ ਭੇਜਣਾ ਵੀ ਬੜਾ ਵੱਡਾ ਕ੍ਰਾਈਮ ਹੈ ਤਾਨੂੰ ਪਤਾ ਹੈ ਵੀ ਆਕਸੀਜਨ ਬਹੁਤ ਜ਼ਰੂਰੀ ਹੈ ਜੇ ਉਹਦੀ ਬਰੀðਿੰਗ ਦੀ ਪ੍ਰੋਬਲਮ ਹੈ 4 ਦਿਨ ਤੋਂ ਜਿਹੜੀ ਰਿਪੋਰਟ ਚ ਲਿਖਿਆ ਹੋਇਆ ਫਿਰ ਆਕਸੀਜਨ ਨਹੀਂ ਅਸੀਂ ਲਗਾ ਰਹੇ ਤੇ ਇਸ ਚੀਜ਼ ਨੂੰ ਆਪਾਂ ਇੱਕ ਬੈਨੀਫਿਟ ਜਾਂ ਇੱਕ ਕ੍ਰੈਡਿਟ ਲੈਣ ਲਈ ਯੂਜ਼ ਕਰ ਰਹੇ ਆ ਵੀ ਆਕਸੀਜਨ ਨੂੰ ਨਹੀਂ ਅਸੀਂ ਲੱਗੀ ਹੋਈ ਸਾਡਾ ਇਹਨਾਂ ਗੱਲਾਂ ਕਹਿਣ ਦਾ ਕੋਈ ਇਹ ਮਕਸਦ ਨਹੀਂ ਹੈ ਅਸੀਂ ਵੀ ਲਾ ਬਾਈਡਿੰਗ ਪੀਪਲ ਆ ਫੈਕਟਰੀਆਂ ਚਲਾਉਂਦੇ ਆ ਔਰ ਬਣੀਆਂ ਬੈਸਟ ਪ੍ਰੈਕਟਿਸਸ ਨਾਲ ਚਲਾਉਂਦੇ ਆ ਅਸੀਂ ਕੋਈ ਪ੍ਰੋਟੈਸਟਰ ਜਾਂ ਉਸ ਤਰ੍ਹਾਂ ਦੇ ਲੋਕ ਨਹੀਂ ਹੈਗੇ ਲੁਧਿਆਣਾ ਸਾਡਾ ਗਵਾਹ ਹੈ ਹਰ ਬੰਦਾ ਜਿੰਨੇ ਸਾਡੇ ਨਾਲ ਇੱਕ ਵਾਰੀ ਵੀ ਡੀਲ ਕੀਤਾ ਉਹਨੂੰ ਮਾਣ ਆ ਸਾਡੀ ਗੁੱਡਵਿਲ ਤੇ ਸਾਡੇ ਕੰਮ ਕਰਨ ਦੇ ਤਰੀਕਿਆਂ ਤੇ ਇੱਕ ਵਾਰੀ ਅਸੀਂ ਪ੍ਰੋਟੈਸਟ ਕਰਕੇ ਜ਼ਰੂਰ ਨਾ ਦੱਸਣਾ ਸੀ ਵੀ ਅਸੀਂ ਕਿਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ ਜੇ ਅਸੀਂ ਇਕੱਲਾ ਕੋਰਟ ਕੇਸ ਕਰੀਏ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗੇਗਾ ਵੀ ਕਿਹਦੇ ਖਿਲਾਫ ਹੈ ਸਾਰਾ ਕੁਝ ਹੈ ਔਰ ਉਹ ਇਲਿਗਲ ਤਰੀਕੇ ਨਾਲ ਸਾਡਾ ਪ੍ਰੋਟੈਸਟ ਸੀ ਇੱਕ ਤਾਂ ਗੁਰਦੁਆਰੇ ਦੇ ਬਾਹਰ ਖੜੇ ਹੋ ਕੇ ਉਹਦੇ ਬਾਅਦ ਇਹ ਫਿਰ ਝੂਠ ਕਹਿ ਰਹੇ ਨੇ ਕਿ 15 ਮਿੰਟ ਪਹਿਲਾਂ ਉਹਨੇ ਯੂਰਿਨ ਵੀ ਪਾਸ ਕੀਤਾ ਸੀ ਉੱਠ ਕੇ ਆਪੇ ਤੁਰ ਕੇ ਗਿਆ ਸੀ ਤੇ ਮੇਰੇ ਕੋਲੋਂ ਠੀਕ ਗਿਆ ਸਾਡੇ ਕੋਲ ਵੀਡੀਓ ਨੇ ਫੋਟੋ ਨੇ ਉਹਨੂੰ 6 ਬੰਦਿਆਂ ਨੇ ਚੁੱਕ ਕੇ ਸਟਰਕਚਰ ਤੇ ਪਾਇਆ ਜਿਹੜਾ ਇਹਨਾਂ ਬਾਅਦ ਮੰਨ ਕੇ ਆਪਣੇ ਦੋਸਤਾਂ ਨੂੰ ਵੀ ਦੱਸਿਆ ਕਿ ਨਹੀਂ ਸਟਰਕਚਰ ਤੇ ਹੀ ਗਿਆ ਸੀ ਉਹਦੇ ਮੈਸੇਜ ਮੇਰੇ ਕੋਲ ਵੀ ਹੈਗੇ ਨੇ ਵੀ ਇਹ 6 ਬੰਦਿਆਂ ਨੇ ਚੁੱਕ ਕੇ ਸਟਰਕਚਰ ਤੇ ਪਾਇਆ ਦੋ ਤਰੀਕ ਤੋਂ ਬਿਲਕੁਲ ਉੱਠੀ ਨਹੀਂ ਸਕਿਆ ਸਿਰਫ ਮੂੰਹ ਤੋਂ ਬੋਲਦਾ ਸੀ ਲੱਤਾਂ ਤੇ ਸਭ ਬਹੁਤ ਜਾਮ ਹੋ ਚੁੱਕਿਆ ਸੀ ਬੁਰੀ ਬਿਲਕੁਲ ਬੁਰੀ ਤਰ੍ਹਾਂ ਇੱਕ ਸ਼ਰੀਰਾਂ ਵਿੱਚ ਝੂਠ ਬੋਲਿਆ ਇੱਕ ਜਾਨ ਲੱਗੇ ਵੀ ਪਲਸ ਸਾਨੂੰ ਦਿਖ ਰਹੀ ਹੈ 125 ਤੇ ਬੰਦਾ ਦਾ ਫੋਟੋ ਖਿੱਚ ਰਿਹਾ ਫਿਰ ਉਹਦੀ ਨਰਸ ਉਹਤੇ 96 ਲਿਖ ਰਹੀ ਹੈ ਟੈਂਡੈਂਟ ਵੀ ਪਲਸੇ ਦੀ 96 ਹੈ ਠੀਕ ਠਾਕ ਹੈ ਤੋ ਜਾ ਰਿਹਾ ਸ਼ੋਅ ਕਰਨ ਲਈ ਹੁਣ ਜੇ ਡਾਕਟਰ ਨੂੰ ਤੁਸੀਂ ਕੋਈ ਰੱਬ ਕਹੇ ਜਾਂ ਉਹ ਕਹੇ ਅਸੀਂ ਹੋਰ ਕਿਸੇ ਡਾਕਟਰ ਦੇ ਖਿਲਾਫ ਸਾਡਾ ਕੋਈ ਇਲਜ਼ਾਮ ਨਹੀਂ ਹੈ ਕੁਝ ਨਹੀਂ ਹੈ ਸਾਰੇ ਡਾਕਟਰ ਨਾਲ ਡੀਲ ਕਰਦੇ ਆ ਬਹੁਤ ਸਾਰੇ ਸਾਡੇ ਮੈਂਬਰ ਵੀ ਨੇ ਐਸੋਸੀਏਸ਼ਨਾਂ ਦੇ ਸਿਰਫ ਇੱਕ ਡਾਕਟਰ ਜਿਹੜਾ ਗਲਤ ਕਰ ਰਿਹਾ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਨੂੰ ਲਗਾਤਾਰ ਝੂਠ ਬੋਲ ਰਿਹਾ ਵੀ ਬਿਲਕੁਲ ਠੀਕ ਹੈ ਮੜੀ ਜੀ ਇਨਫੈਕਸ਼ਨ ਹੈ ਬਸ ਜਾਓ ਹੁਣੇ ਠੀਕ ਹੋ ਜਾਏਗੀ ਫਿਰ ਸਾਨੂੰ ਦੋ ਤਰੀਕੇ ਦੀ ਹਾਲਤ ਬਿਲਕੁ ਜਦ ਕੋਈ ਐਮਰਜੈਂਸੀ ਆ ਨੂੰ ਸਾਨੂੰ ਬੁਲਾ ਕੇ ਦੱਸਣਾ ਚਾਹੀਦਾ ਸੀ ਲੈ ਜਾ ਉਹਨੂੰ ਜਿੱਥੇ ਵੀ ਲੈ ਜਾਣਾ ਸਾਨੂੰ ਨਹੀਂ ਦੱਸਿਆ ਗਿਆ ਦੋ ਰਾਤ ਨੂੰ 150 ਜੀ ਦਿੱਤਾ ਗਿਆ ਵੀ ਸੋਹਰੇ ਆਪਣੇ ਪਾਪਾ ਨੂੰ ਬੁਲਾ ਲਿਓ ਅਸੀਂ 9 ਵਜੇ ਪਹੁੰਚ ਕੇ ਜਾਂ 9 ਵਜੇ ਬੁਲਾਇਆ ਸੀ ਨੇ ਤੇ 10 10:30 ਆਇਆ ਫਿਰ ਸਾਨੂੰ ਕਹਿੰਦਾ ਮੇਰੇ ਤੇ ਨਾ ਬੋਝ ਆ ਦਿਮਾਗ ਤੇ ਤੁਸੀਂ ਵੀ ਆਈਪੀ ਬੰਦੇ ਹੋ ਮੇਰੇ ਦਿਮਾਗ ਤੇ ਬੜਾ ਬੋਝ ਆ ਅਸੀਂ ਅੱਠ ਦਿਨਾਂ ਚ ਯਾਰ ਦੱਸ ਸੀ ਕਿਹੜੇ ਵੀ ਆਈਪੀ ਬਣ ਗਏ ਉਹ ਹੀ ਆ ਜਾਂ ਕੁਝ ਗਲਤ ਹੋ ਗਿਆ ਜਾਂ ਕੇਸ ਦੇ ਵਿੱਚ ਕੋਈ ਹੋਰ ਕਮੀਆਂ ਸੀ ਦੱਸੋ ਜੀ ਜਾਈਏ ਤੋਂ ਕਿਤੇ ਲੈ ਜਾਈਏ ਦਿੱਲੀ ਜਾਂ ਹੋਰ ਜਿੱਥੇ ਸਾਨੂੰ ਯਕੀਨ ਆ ਨਹੀਂ ਨਹੀਂ ਕਹਿੰਦਾ ਐਨੀ ਨਹੀਂ ਮਾੜੀ ਜੀ ਇਨਫੈਕਸ਼ਨ ਐ ਬਸ ਤੁਸੀਂ ਡੀ ਐਮ ਸੀ ਚਲੇ ਜਾ ਜਦੋਂ ਇਹਨੇ ਦੇਖਿਆ ਵੀ ਥੋੜਾ ਡੀ ਐਮ ਸੀ ਤੋਂ ਕਤਰਾ ਰਹੇ ਨੇ ਜਾਂ ਕਿਧਰ ਹੋਰ ਜਾਣਾ ਚਾਹੁੰਦੇ ਨੇ ਇਹਨੇ ਫਿਰ ਸਾਡੇ 3 ਘੰਟੇ ਖਰਾਬ ਕਰਤੇ আচ্ছা ਚਲੋ ਸੀਟੀ ਸਕੈਨ ਕਰਾ ਲਓ ਸੀਟੀ ਸਕੈਨ ਕਰਾਂ ਤੇ 3 ਘੰਟੇ ਖਰਾਬ ਕੀਤੇ ਫਿਰ ਜਾਣ ਲੱਗਿਆ ਉਸ ਤੋਂ ਇੱਕ ਦਿਨ ਪਹਿਲਾਂ ਕਰੋਨਾ ਟੈਸਟ ਕੀਤਾ ਸੀ ਨੈਗੇਟਿਵ ਆਇਆ ਸੀ ਸੀਟੀ ਸਕੈਨ ਕਰਕੇ ਉਹਦੇ ਜਾਣ ਕੇ ਫਿਰ ਲਿਖਤਾ ਕਰੋਨਾ ਦਾ ਸ਼ੱਕ ਹੈ ਜਦੋਂ ਤੇ ਨੈਗੇਟਿਵ ਆ ਚੁੱਕਾ ਲਿਖਣ ਦਾ ਕੀ ਮਤਲਬ ਉਹਨਾਂ ਨੇ ਜਾ ਕੇ ਸਾਨੂੰ ਐਮਰਜੈਂਸੀ ਚ ਰੱਖਤਾ ਜਿੱਤੇ ਕਰੋਨਾ ਆਲੇ ਸੀ ਸਾਰੇ ਜਿੱਥੇ ਬੱਚਾ ਤੜਫਣ ਵੀ ਲੱਗ ਗਿਆ ਬਹੁਤ ਬਹੁਤ ਮੁਸ਼ਕਲ ਮਤਲਬ ਉਹਨੇ 8 ਘੰਟੇ ਘੱਟੇ 8 ਘੰਟੇ ਦਾ ਪ੍ਰੀਸ਼ੀਅਸ ਟਾਈਮ ਸੀ ਇਲਾਜ ਲੇ ਹੋਇਆ ਹੋਰ ਡੈਟਰੀਅਟ ਹੋਣ ਦੇ ਚਾਂਸ ਬਣ ਗਏ ਬਾਕੀ ਕ੍ਰਿਟੀਕਲ ਦੇ ਬਾਰੇ ਚ ਅਸੀਂ ਫਿਰ ਸਵੇਰੇ ਸਵੇਰੇ ਜਾ ਕੇ ਡਾਕਟਰ ਸੰਦੀਪ ਪੁਰੀ ਨਾਲ ਮੀਟਿੰਗ ਕੀਤੀ 10 ਬੰਦਿਆਂ ਨੇ ਉੱਠਦੇ 4 ਤਰੀਕ ਸਵੇਰੇ ਵੀ ਡਾਕਟਰ ਸਾਹਿਬ ਦੱਸੋ ਕੀ ਹਾਲਤ ਹੈ ਜੀ ਉਹ ਕਹਿੰਦੇ 90% ਹਾਲਤ ਖਰਾਬ ਹੈ ਕ੍ਰਿਟੀਕਲ ਹੈ 10% ਚਾਂਸ ਹੈ ਪਰ ਜੋਰ ਲਾਵਾਂਗੇ ਅਸੀਂ ਕਹਿੰਦੇ ਅਸੀਂ ਨੂੰ ਕਿਤੇ ਦਿੱਲੀ ਲੈ ਜੀਏ ਕਹਿੰਦੇ ਤੁਹਾਡੀ ਖੁਸ਼ੀ ਹੈ ਮੈਂ ਨਾਲ ਡਾਕਟਰ ਵੀ ਭੇਜ ਦਿਆਂਗਾ ਜਾਣਾ ਚਾਹੁੰਦੇ ਹੋ ਅਸੀਂ 에어 ਐਮਬੂਲੈਂਸ ਤਿਆਰ ਕਰਾ ਲਈ ਉਹਨਾਂ ਨੇ ਸਾਨੇਵਾਲ ਤੋਂ ਪਰਮਿਸ਼ਨ ਪ੍ਰੋਸੈਸਨ ਲੈ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਉਹ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਪੇਪਰ ਭੇਜੋ ਅਸੀਂ ਤਾਂ 에어 ਐਮਬੂਲੈਂਸ ਤੇ ਲਿਫਟ ਕਰਾਂਗੇ ਤੇ ਅਸੀਂ ਉਹਨਾਂ ਨੂੰ ਫਟਾਫਟ ਰਿਪੋਰਟਾਂ ਡਾਕਟਰ ਪੂਰੀ ਸਾਹਿਬ ਤੋਂ ਲੈ ਕੇ ਭੇਜੀਆਂ ਉਹ ਕਹਿੰਦੇ ਨੇ ਡਾਕਟਰ ਨਾਲ ਵੀ ਗੱਲ ਕਰਾਓ ਸੀ ਡਾਕਟਰ ਪੂਰੀ ਸਾਹਿਬ ਨਾਲ ਗੱਲ ਕਰਾਈ ਉਸੇ ਵੇਲੇ ਸਵਰਚਰੇ ਤੇ ਇਹ ਸਾਰਾ ਕੁਝ ਕਰਨ ਦੇ ਬਾਅਦ ਨਾ ਰਿਫਿਊਜ਼ ਕਰਤਾ ਕਹਿੰਦਾ ਬਿਲਕੁਲ ਕੰਡੀਸ਼ਨ ਵਿੱਚ ਨਹੀਂ ਹੈਗਾ ਆਣ ਦੇ ਇਹ ਸਾਰਾ ਈਮੇਲਾਂ ਤੇ ਰਿਟਰਨ ਹੋਇਆ ਸਾਰਾ ਫਿਰ ਉੱਤੇ ਐਮਰਜੈਂਸੀ ਚ ਗੱਲ ਵੀ ਹੋਈ ਗੁਰਗਾਓ ਹਸਪਤਾਲ ਚ ਉਹਨਾਂ ਦੇ ਕ੍ਰਿਟੀਕਲ ਹੈਡ ਨਾਲ ਗੱਲ ਹੋਈ ਉਹਨੂੰ ਰਿਪੋਰਟਾਂ ਭੇਜੀਆਂ ਉਹਨੇ ਸਾਨੂੰ ਰਿਫਿਊਜ਼ ਕਰਤਾ ਨਾ ਕਹਿੰਦਾ ਬਾਈ ਰੋਡ ਆਇਓ ਐਡਮਿਟ ਕਹਿੰਦੇ ਸੀ ਕਰ ਲਾਂਗੇ ਜਦੋਂ ਤੁਸੀਂ ਆਹੋਗੇ ਉਹਨਾਂ ਨੇ ਤੇ ਨੰਬਰ ਵੀ ਲਿਖ ਲਿਆ ਵੇਟ ਵੀ ਕਰਨ ਲੱਗ ਗਏ ਵੀ ਤੁਸੀਂ ਜਿੱਦਾਂ ਮਰਜ਼ੀ ਪਹੁੰਚ ਜਾਓ ਤੇ ਅਸੀਂ ਐਡਮਿਟ ਕਰ ਲਾਂਗੇ ਪਰ ਉਹਨੇ ਮਨਾਂ ਕਰਤਾ ਕਹਿੰਦਾ ਇਹ ਟਰੈਵਲ ਕਰਨ ਦੇ ਬਿਲਕੁਲ ਕਾਬਲ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਕ੍ਰਿਟੀਕਲ ਕਿਸ ਤਰ੍ਹਾਂ ਦਾ ਪ੍ਰੂਫ ਚਾਹੀਦਾ ਉਹ ਮੇਰੇ ਸਮਝ ਨਹੀਂ ਆਇਆ ਫਿਰ ਇਹ ਕਹਿੰਦੇ ਮੇਰੇ ਕੋਲ ਸੈਕਿੰਡ ਟਾਈਮ ਕਿਉਂ ਆ ਗਿਆ ਜੀ ਜੇ ਮੈਨੂੰ ਸੀ ਠੀਕ ਇਹਨਾਂ ਨੇ ਜਬਰੀ 30 ਤਰੀਕ ਨੂੰ ਛੁੱਟੀ ਦੇ ਦਿੱਤੀ ਕੰਡੀਸ਼ਨ ਠੀਕ ਨਹੀਂ ਸੀ ਹੈਗੀ ਕੀ ਰੀਜ਼ਨ ਸੀ ਅਸਾਂ ਨਹੀਂ ਸਮਝ ਆਇਆ ਤੀਹ ਦਿਰੀ ਘਰ ਆਇਆ ਨੇ ਆਂਦੇ ਮੈਸੇਜ ਕੀਤਾ ਇੱਕ ਘੰਟੇ ਬਾਅਦ ਅਖਤ ਤਬੀਅਤ ਬਿਲਕੁਲ ਫੇਰ ਖਰਾਬ ਹੈ 102 3 ਬੁਖਾਰ ਹੈ ਮੈਸੇਜ ਉਹਨਾਂ ਕੋਲ ਵੀ ਹੈਗਾ ਬੇਟੇ ਕੋਲ ਵੀ ਹੈਗਾ 102 3 ਬੁਖਾਰ ਤੋਂ ਨਹੀਂ ਘਟਦਾ ਪਿਆ ਉਹਨਾਂ ਨੇ ਪਟੀਆਂ ਘਰੀਆਂ 4 ਘੰਟੇ ਬਾਅਦ ਡੋਲੋ ਖਾਈ ਜਾ ਉਹਨੇ ਰਾਤ ਬਹੁਤ ਔਖੀ ਘਟੀਆਂ ਸੀ ਵੀ ਬੈਠੇ ਰਹੇ ਤੇ ਸਵੇਰੇ ਫਿਰ ਉਹਨੇ ਫੋਨ ਕੀ ਮੈਸੇਜ ਕਰਤਾ ਵੀ ਉੱਥੇ ਹੀ ਹੈ ਬੁਖਾਰ ਫਿਰ ਇਹਨਾਂ ਦਾ ਮੈਸੇਜ ਆਇਆ ਮੈਂ ਫਲਾਣੇ ਬਾੜ ਦੇ ਬਾਹਰ ਬੈਠਾ ਤੈਨੂੰ ਡ੍ਰਿਪ ਲਾ ਦੇਣਾ ਤੇ ਇੱਕ ਟੀਕਾ ਲਾ ਦੇਣਾ ਉਹ ਚੱਲਿਆ ਗਿਆ ਉੱਥੇ ਮੈਂ ਵੀ ਨਾਲ ਗਿਆ ਬਾਹਰ ਇੱਕ ਚੇ ਵਾੜਦੇ ਇਹਨਾਂ ਨੇ ਸੋਫੇ ਤੇ ਉਹਨੂੰ ਡ੍ਰਿਪ ਲਾਤੀ ਉਹ ਡ੍ਰਿਪ ਲੈਂਦਾ ਲੰਦਾ ਸੌਂ ਗਿਆ ਇਹਨਾਂ ਨੇ ਇਹ ਨਹੀਂ ਕੀਤਾ ਵੀ ਦੁਬਾਰਾ ਹੋ ਗਿਆ ਤੇ ਉਹਨੂੰ ਮੈਂ ਡ੍ਰਿਪ ਦੀ ਬਜਾਇਆ ਕੋਈ ਹੋਰ ਉਹਦੇ ਟੈਸਟ ਕਰਾਂ ਵੀ ਕਿਉਂ ਦੁਬਾਰਾ ਹੋਈ ਜਾ ਰਿਹਾ ਕੀ ਚੱਕਰ ਆ ਕੁਛ ਨਹੀਂ ਫਿਰ ਉਹ ਡ੍ਰਿਪ ਰਾ ਜਾਂਦੇ ਆ ਲਾਤੀ ਕਾਲੀ ਕਾਲੀ ਜੁੱਥੇ ਟੀਕਾ ਲਾਦਤਾ ਕੋਈ ਤੇ ਉਹ ਬੈਠਾ ਰਿਹਾ ਉੱਥੇ ਫਿਰ ਕਹਿੰਦੇ ਨਹੀਂ ਇਹ ਤਾਂ ਖਰਾਬ ਹੈ ਤੇਰਾ ਤੂੰ ਹੁਣ ਐਡਮਿਟ ਹੋ ਜਾ ਇੱਕ ਕਮਰਾ ਖਾਲੀ ਹੋ ਗਿਆ ਫਿਰ ਐਡਮਿਟ ਕਰ ਲਿਆ ਉਹਨੂੰ ਦੂਜੀ ਵਾਰ ਇਸ ਕੰਡੀਸ਼ਨ ਚ ਅਸੀਂ ਗਏ ਆ ਇਹਦਾ ਕੋਈ ਇਹ ਨਹੀਂ ਹੈਗਾ ਕ੍ਰਾਈਮ ਹੈ ਦੂਜੀ ਵਾਰੀ ਕਿਤੇ ਜਾਣਾ ਇਹਨਾਂ ਨੇ ਦੋ ਮੈਸੇਜ ਕੀਤੇ ਆ ਜਾ ਉਹਨੇ ਤਾਂ ਦੱਸ ਕੇ ਰੱਖ ਦਿੱਤਾ ਵੀ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਹੈ ਇਹ ਕਹਿੰਦੇ ਆ ਜਾ ਆ ਜਾ ਫਟਾਫਟ ਦੋ ਮੈਸੇਜ ਕੀਤੇ ਇਹਨਾਂ ਨੇ ਫਟਾਫਟ ਪਹੁੰਚ ਜਾ ਇਹ ਚਲੇ ਗਿਆ ਫਿਰ ਤੀਜੀ ਵਾਰੀ ਫਿਰ ਕਹਿੰਦੇ ਮੈਨੂੰ ਮੈਸੇਜ ਆਇਆ ਤੀਜੀ ਵਾਰੀ ਮੈਸੇਜ ਇਦਾਂ ਆਇਆ ਜਦੋਂ ਇਹਨੇ ਇੱਥੋਂ ਭੇਜਿਆ 8 ਘੰਟੇ ਉਹਨਾਂ ਨੇ ਰੱਖਤਾ ਜਿੱਥੇ ਕਰੋਨਾ ਵਾਲੇ ਸਾਰੇ ਐਮਰਜੈਂਸੀ ਵਾਰਡ 'ਚ ਉੱਤੇ ਕੱਲੀ ਸਾਡੀ ਨੂੰਹ ਸੀ 28 ਸਾਲ ਦੀ ਤੇ ਘਰੋਂ ਲਾਉ ਦਾ ਤੜਫ ਰਿਆ ਸੀ ਮੈਨੂੰ ਬਚਾ ਲੈ ਇੱਥੋਂ ਕੱਢ ਲੈ ਮੈਂ ਮਰ ਜਾਂਗਾ ਮੈਂ ਮਰ ਜਾਂਗਾ ਅਸੀਂ ਉਹਨੂੰ ਕਦੀ ਵੀ ਨਹੀਂ ਦੱਸਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਗੁੱਡ ਫੇਸ ਤੇ ਜਸੀਂ ਚੀਟ ਕੀਤੇ ਗਏ ਆ ਉਹ ਵਿਚਾਰੀ ਨੂੰ ਅਸੀਂ ਦੱਸਣ ਦੀ ਸਾਡੇ ਚ ਹਿੰਮਤ ਵੀ ਨਹੀਂ ਸੀ ਕਿ ਉਹਨੂੰ ਕਹੀਏ ਜਿਹੜਾ ਘਰ ਵਾਲਾ ਕ੍ਰਿਟੀਕਲ ਆ ਉਹ ਜਿਹੜੀ ਗੁੱਡ ਫੇਸ ਸੀ ਜਿਹਨੇ ਫਿਰ ਡਾਕਟਰ ਬਲਦੀਪ ਨੂੰ ਫੋਨ ਕੀਤਾ ਉਦੋਂ ਵੀ ਤੁਸੀਂ ਕਿਹੋ ਜੀ ਜਗ੍ਹਾ ਤੇ ਸਾਨੂੰ ਭੇਜਤਾ ਤੇ ਬਹੁਤ ਮਾੜੀ ਹਾਲਤ ਆ ਇਹਦੇ ਨਾਲ ਤਾਂ ਤੁਹਾਡੇ ਕੋਲ ਚੰਗੇ ਸੀ ਇਹਨੇ ਕਰੋਨਾ ਵਾਰਡ ਦੇ ਵਿੱਚੋਂ ਜਿੱਥੇ ਪੇਸ਼ੈਂਟ ਉੱਥੇ ਬਹੁਤ ਤੜਫ ਰਹੇ ਸੀ ਉੱਥੋਂ ਕੀਤਾ ਸੀ ਤੀਜਾ ਫੋਨ ਜਿਹਦਾ ਵੀ ਡਾਕਟਰ ਉਹਦਾ ਵੀ ਕ੍ਰੈਡਿਟ ਲੈਣਾ ਚਾਹੁੰਦਾ ਮੈਂ ਬਹੁਤ ਚੰਗਾ ਸੀ ਮੈਨੂੰ ਤੀਜੀ ਵਾਰ ਵੀ ਫੋਨ ਆਇਆ ਵੀ ਮੈਂ ਐਡ ਸੋ ਇਹ ਸਾਡੀਆਂ ਸਾਰੀਆਂ ਜੜੀਆਂ ਨੇ ਕਿਹਦਾ ਸੀ ਫਿਰ ਇੱਕ ਐਵੇਂ ਆਪਣੇ ਸਵਾਲ ਦੇਣੇ ਪ੍ਰੈਸਰ رپورਟਰ ਨੂੰ ਤੇ ਆਪਣੇ ਜਵਾਬ ਲੈਣੇ ਕਹਿੰਦੇ ਜੀ ਤੁਹਾਡੇ ਉੱਥੇ ਗੱਦੇ ਨਹੀਂ ਹੈਗੇ ਅਸੀਂ ਇਦਾਂ ਦੇ ਲੱਗਦੇ ਆਂ ਜੀ ਕੋਈ ਬੇਵਕੂਫ ਲੋਗ ਆ ਕਿ ਕਿਸੇ ਹਸਪਤਾਲ ਨੂੰ ਕਹਾਂਗੇ ਤੇਰੇ ਕੋਲ ਗੱਦੇ ਨਹੀਂ ਹੈਗੇ ਬੇਟੇ ਦੀ ਅੰਗਦ ਦੀ ਪਿੱਠ ਬਹੁਤ ਜ਼ਿਆਦਾ ਦੁਖ ਰਹੀ ਸੀ ਤੜਪ ਰਿਆ ਸੀ ਉਹਨੇ ਆਪਣੀ ਉਹਦੀ ਵਾਈਫ ਨੇ ਪੁੱਛਿਆ ਉਹਨੂੰ اٹੈਂਡੈਂਟ ਨੂੰ ਵੀ ਇਹਦੀ ਪਿੱਠ ਬਹੁਤ ਦੁਖਦੀ ਹੈ ਕਹਿੰਦੀ ਸਾਡੇ ਗੱਦੇ ਥੋੜੇ ਹਾਰਡ ਆ ਜਾਂ ਤਾਂ ਦੁਖਦੀ ਆ ਉਹ ਵਿਚਾਰੀ ਬੱਚਾ ਜੀ ਜੀ ਉਹ ਘਰ ਭੱਜੀ ਆ ਇੱਕ ਨਰਮ ਗੱਦਾ ਲੈ ਜਾ ਕੇ ਨੇ ਥੱਲੇ ਵਿਛਾ ਦਿੱਤਾ ਇਹਨੇ ਉਹਦੀ ਵੀ ਕਹਾਣੀ ਬਣਾ ਲਈ ਕਹਿੰਦੇ ਗੱਦੇ ਹੈ ਨਹੀਂ ਤੁਹਾਡੇ ਹਸਪਤਾਲ ਕਦੀ ਕਹਿੰਦਾ ਸਕੂਟਰ ਟੁੱਟੇ ਦੀ ਗੱਲ ਕਰਦੇ ਉਹ ਤੇ ਸਾਰਾ ਸ਼ਹਿਰ ਦੇਖਦਾ ਇਹ ਕਿਹੜੇ ਟੁੱਟੇ ਸਕੂਟਰ ਤੇ ਤੁਸੀਂ ਜਾਂਦੇ ਆ ਟੁੱਟੇ ਸਕੂਟਰ ਤੇ ਪ੍ਰਾਣੀ ਗੱਲ ਕਿਸੇ ਨੇ ਉੱਥੇ ਸੁਣਾਉਂਦਾ ਪਿਆ ਸੀਗਾ ਗੁਰਦੁਆਰੇ ਦੇ ਕੋਲ ਵੀ ਇਹ ਟੁੱਟੇ ਸਕੂਟਰ ਤੇ ਇੱਕ ਸਕੂਟਰ ਦੇ ਉੱਤੇ ਜਾਂਦਾ ਹੁੰਦਾ ਸੀ 86 ਚ ਪਿੰਡਾਂ 'ਚ ਅਬੋਰਸ਼ਨ ਕਰਨ ਕੀ ਕਰਦਾ ਸੀ ਉਹ ਬੰਦਾ ਹੀ ਕੋਈ ਕਹਾਣੀ ਸੁਣਾ ਰਿਹਾ ਸੀ ਵੀ ਕਿੰਨੇ ਲੋਕਾਂ ਦਾ ਅਬੋਰਸ਼ਨ ਹੋ ਜਾਂਦਾ ਸੀ ਕਿ ਉਹਦੇ ਨਾਲ ਮੇਰਾ ਕੋਈ ਤੱਲਕ ਨਹੀਂ ਇੱਕ ਝੂਠੇ ਸਵਾਲ ਤੇ ਝੂਠੇ ਬਾਕੀ ਸਾਰੇ ਇਹਨਾਂ ਦੇ ਇਹ ਗੁੰਮਰਾਹਕੁੰ ਬੜੇ ਸਟਾਈਲ ਦੇ ਤਰੀਕੇ ਨਾਲ ਲੋਕਾਂ ਨੂੰ ਦੱਸੇ ਗਏ ਨੇ ਜਿਹੜੇ ਬਿਲਕੁਲ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਸਾਡੇ ਸਾਹਮਣੇ ਅਸੀਂ ਦੋ ਬੜੇ ਰਿਸਪਾਂਸਿਬਲ ਆਦਮੀ ਆ ਚੰਗੀਆਂ ਫੈਕਟਰੀਆਂ ਚਲਾਉਂਦੇ ਆ ਚੰਗੀਆਂ ਆਰਗੇਨਾਈਜੇਸ਼ਨ ਵੀ ਚਲਾਉਂਦੇ ਆ ਉਹਨਾਂ ਦੇ ਸਾਹਮਣੇ ਕਮਿਊਨਿਟੀ ਦੇ ਕੁਝ ਹੋਰ ਆ ਰਿਹਾ ਲਿਖਿਆ ਕੁਝ ਹੋਰ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਇਹੋ ਜੇ ਡਾਕਟਰ ਨੂੰ ਮੁਸ਼ਕਲ ਹੋ ਜਾਂਦਾ ਰੱਬ ਕਹਣਾ ਅਸੀਂ ਹਰ ਡਾਕਟਰ ਦੀ ਗਦਰ ਕਰਦੇ ਆਂ ਔਰ ਸਾਡੀ ਜਿਹੜੀ ਫਾਈਟ ਹੈ ਇਕੱਲੇ ਡਾਕਟਰ ਬਲਦੀਪ ਦੇ ਅਗੇਂਸਟ ਹੈ ਕਿਸੇ ਹੋਰ ਡਾਕਟਰ ਦੇ ਅਗੇਂਸਟ ਨਹੀਂ ਸੀ ਡਾਕਟਰ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਥਿਜ ਤੋਂ ਗੁਮਰਾਹ ਨਾ ਹੋਣ ਬਸ ਮੈਂ ਨਹੀਂ ਕਹਾਵਾਂਗਾ ਬਾਕੀ ਪਰਮਾਤਮਾ ਜਾਣੀ ਜਾਣ ਹੈ ਔਰ ਅਸੀਂ ਬੰਦਾ ਤੇ ਕੁਝ ਕਰ ਹੀ ਨਹੀਂ ਸਕਦਾ ਇਹੋ ਜੇ ਸਟਾਈਲ ਨਾਲੇ ਕੰਮ ਕੀਤਾ ਗਿਆ ਪਰਿਵਾਰ ਦੇ ਹੋਰ ਵੀ ਮੈਂਬਰ ਸਾਡੇ ਨਾਲ ਨੇ ਜੋ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਆ ਜਿਹੜਾ ਇਹ ਇਨਸੀਡੈਂਟ ਹੋਇਆ ਮੇਰੇ ਸਾਹਨੇ ਲਾਦਾ ਅੰਗਦ ਸਿੰਘ ਦਾ ਇਹਦੇ ਚ ਅਸੀਂ ਵੀ ਮੈਡੀਕਲ ਪ੍ਰੋਫੈਸ਼ਨ ਨੂੰ ਸਮਝਦੇ ਆਂ ਹਰ ਡਾਕਟਰ ਆਪਣੇ ਵੱਲੋਂ ਪੂਰੀ ਵਾਹ ਲਾਂਦਾ ਪਰ ਇਸ ਹਸਪਤਾਲ ਚ ਸਭ ਤੋਂ ਜ਼ਿਆਦਾ ਲਾਪਰਵਾਹੀ ਹੈ ਕੋਈ ਸਿਸਟਮ ਨਹੀਂ ਫਾਲੋ ਹੁੰਦੇ ਜਿਹੜੇ ਪੇਸ਼ੈਂਟ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਾਂ ਜੋ ਇੰਟਰਨੈਟ ਤੇ ਪੇਸ਼ੈਂਟ ਦੇ ਬੇਸਿਕ ਰਾਈਟ ਦੱਸੇ ਗਏ ਆ ਵੀ ਟਰਾਂਸਪੇਰੈਂਸੀ ਰੱਖੋ ਪੇਸ਼ੈਂਟ ਨੂੰ ਦੱਸਦੇ ਰਹੋ ਉਹ ਵੀ ਜਿਹੜੇ ਬੇਸਿਕ ਰਾਈਟਸ ਹੈ ਉਹ ਵੀ ਨਹੀਂ ਇਹ ਹਸਪਤਾਲ ਫਾਲੋ ਕਰਦਾ ਔਰ ਇੱਥੇ ਕੋਈ ਤਰੀਕਾ ਨਹੀਂ ਕੋਈ ਸਿਸਟਮ ਨਹੀਂ ਕੋਈ ਪਰਚੀ ਨਹੀਂ ਘੱਟਦੇ ਕੋਈ ਤਰੀਕੇ ਨਾਲ ਕੋਈ ਪੇਪਰ ਨਹੀਂ ਦਿੰਦੇ ਔਰ ਬਹੁਤ ਸਾਰੇ ਸਾਡੇ ਕੋਲ ਇਦਾਂ ਦੇ ਕੇਸ ਆਏ ਆ ਜਿਹੜੇ ਤਰੀਕੇ ਨਾਲ ਇਹਨਾਂ ਦੇ ਨਾਲ ਡੀਲ ਕਰਕੇ ਪੇਸ਼ੈਂਟ ਦੀ ਡੈਥ ਹੋ ਗਈ ਜਾਂ ਕੋਈ ਦੋ ਬੱਚਿਆਂ ਦਾ ਇਦਾਂ ਦਾ ਵੀ ਕੇਸ ਆਇਆ ਉਹ ਕਹਿੰਦੇ ਦੋ ਬੱਚੇ ਅੰਨੇ ਹੋ ਗਏ ਤੇ ਔਰ ਕਾਫੀ ਜਿਆਦਾ ਪੇਸ਼ੈਂਟਸ ਇਦਾਂ ਦੇ ਆ ਰਹੇ ਔਰ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਟੀਵੀ ਦੇ ਸਾਹਮਣੇ ਲਿਆਵਾਂ ਥੈਂਕ ਯੂ ਜੀ ਅਸੀਂ ਇਹ ਕਹਿੰਦੇ ਆ ਵੀ ਇਦੇ ਨਾਲ ਸਖਤੀ ਨਾਲ ਸਰਕਾਰ ਨਿਪਟੇ ਇੱਕ ਤਾਂ ਇਹਦਾ ਕੈਂਸਲ ਕੀਤਾ ਜਾਵੇ ਜਿਹੜਾ ਡਾਕਟਰੀ ਦਾ ਲਾਇਸੈਂਸ ਹੈਗਾ ਦੂਜਾ ਇਹਦੇ ਹਸਪਤਾਲ ਦੀ ਇਨਕੁਆਇਰੀ ਕਰਾਈ ਜਾਵੇ ਤੇ ਤੀਸਰਾ ਇਹਨੂੰ ਜੇਲ੍ਹ ਚ ਬੰਦ ਕੀਤਾ ਜਾ ਸੋ ਪਰਿਵਾਰ ਵਾਲਿਆਂ ਵੱਲੋਂ ਜਿਹੜਾ ਡਾਕਟਰ ਦੇ ਪੇਸ਼ੇ ਤੇ ਕਈ ਤਰ੍ਹਾਂ ਦੇ ਜਿਹੜੇ ਗੰਭੀਰ આરોਪ ਲਗਾਏ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਹਸਪੀਟਲ ਦੇ ਡਾਕਟਰ ਇਹਨਾਂ ਦੇ ਜੋ ਪਰਿਵਾਰ ਦੇ ਸਵਾਲ ਨੇ ਮੀਡੀਆ ਦੇ ਅੱਗੇ ਆ ਕੇ ਕਿਸ ਤਰ੍ਹਾਂ ਦੇ ਜਵਾਬ ਦਿੰਦੇ ਨੇ ਕੈਮਰਾਮੈਨ ਗੋਲਦੀ ਦੇ ਨਾਲ ਅਮਨਦੀਪ ਟਾਈਮਸ ਪੰਜਾਬ ਟੀਵੀ